ਚੈੱਕ ਕਹਿੰਦੇ ਅੱਜ ਕੱਲ ਬੜਾ ਵਾਇਰਲ ਆ ਲਾਗੇ ਟਿੱਡਾ ਜਿਹਾ ਲੱਗਦਾ ਇਹਦੇ ਸੋ ਬਾਬੇ ਯਾਹ ਵਾਲੇ ਪਾਉਣੇ ਹੁਣ 18-4-30 ਤੇ ਆ ਵੀ ਚੈੱਕ ਕਰੋ ਕੰਮ ਕਿਉਂ ਬਣਦੀ ਗੱਲ ਹਾਂਜੀ ਬਾਬੇ ਕੀ ਹਾਲ ਚਾਲ ਵੀ ਸਾਰੇ ਵਧੀਆ ਹਾਜ਼ਰ ਨਾਲ ਬਲੌਗ ਲੈ ਕੇ ਮਾੜੇ ਬੰਦ ਕਰੀ ਅੱਜ ਤਾਂ ਬਲੌਗ ਆਪਣੇ ਗੱਡੀਆਂ ਗੁੱਡੀਆਂ 'ਤੇ ਨਹੀਂ ਜਿੰਮ 'ਤੇ ਨਹੀਂ ਕਿਸੇ ਚੀਜ਼ 'ਤੇ ਨਹੀਂ ਅੱਜ ਆਪਣਾ ਬਲੌਗ ਬਿਲਕੁਲ ਹੀ ਡਿਫਰੈਂਟ ਆ ਜੋ ਕਿ ਤੁਸੀਂ ਕਦੇ ਨਹੀਂ ਦੇਖਿਆ ਅੱਜ ਦਾ ਬਲੌਗ ਹੈਗਾ ਆਪਣਾ ਇੱਥੇ ਉੱਤੇ ਨਹੀਂ ਆ ਇੱਥੇ ਆ ਆ ਦੋਨਾਂ ਦਾ ਫਰਕ ਦੇਖ ਲਓ 36 ਆ 56 ਆ ਅਤੇ ਅੱਜ ਦਾ ਬਲੌਗ ਹੈਗਾ ਆਪਣਾ ਇੱਥੇ ਇੱਥੇ ਕੀ ਆ ਇੱਥੇ ਖੇਤੀ ਨਹੀਂ ਕਰਨ ਲੱਗੇ ਕੁਛ ਨਹੀਂ ਕਰਨ ਲੱਗੇ ਇਹਦੀ ਅੱਜ ਕਰਨ ਲੱਗੇ ਥੋੜ੍ਹੀ ਕੁ ਮੋਡੀਫਿਕੇਸ਼ਨ ਥੋੜ੍ਹੀ ਕੁ ਕਰਨ ਲੱਗੇ ਹਾਂ ਪਹਿਲਾਂ ਮੈਂ ਜ਼ਿਆਦਾ ਕਰਨੀ ਸੀ ਅੱਜ ਸੋਚਿਆ ਸੀ ਪਰ ਪਹਿਲਾਂ ਮੈਂ ਕਿਹਾ ਥੋੜ੍ਹੀ ਕਰਾ ਲਈਏ ਥੋੜ੍ਹੀ 'ਚ ਕੀ ਆ ਇਹਦੇ ਆਪਾਂ ਟਾਇਰ ਬਦਲਾਉਣ ਚੱਲੇ ਹਾਂ ਤੁਸੀਂ ਦੇਖਣਾ ਕਿ ਟਾਇਰ 'ਤੇ ਪਹਿਲਾਂ ਹੀ ਨਵੇਂ ਹਾਂ ਅਤੇ ਇਹਦਾ ਕੀ ਬਦਲਾਉਣਾ ਅਤੇ ਜੋ ਬਦਲਾਉਣਾ ਤੁਹਾਨੂੰ ਨਾਨਾ ਰੱਖ ਕੇ ਚੱਲਦੇ ਹਾਂ ਆਪਾਂ ਚੱਲਦੇ ਹਾਂ ਇੱਥੋਂ ਸਿੱਧਾ ਬੜੀ ਦੂਰ ਨਵਾਂ ਸ਼ਹਿਰ ਆਪਣੇ ਤੋਂ ਹੈਗਾ ਆ 100 ਕਿਲੋਮੀਟਰ ਇੱਥੋਂ ਅਤੇ ਟਰੈਕਟਰ 'ਤੇ ਜਾਣ ਨੂੰ 2-3 ਘੰਟੇ ਲੱਗ ਜਾਣੇ ਆ ਓਬਵੀਅਸਲੀ ਅਤੇ ਦੇਖਦੇ ਹਾਂ ਕਿੰਨੇ ਟਾਈਮ 'ਚ ਪਹੁੰਚਦੇ ਕਿੰਨੇ ਟਾਈਮ 'ਚ ਨਹੀਂ ਤੁਹਾਨੂੰ ਨਾਲ ਨਾਲ ਰੱਖਦੇ ਹਾਂ ਅਤੇ ਚਲੋ ਅਸੀਂ ਨਿਕਲਣ ਲੱਗੇ ਇੱਕ ਹੁਣੇ ਮੋਡੀਫਿਕੇਸ਼ਨ ਇੱਕ ਹੋਰ ਸਲਾਂਸਰ ਆਹ ਵਾਲਾ ਲਾਤਾ ਅਤੇ ਉਹ ਵਾਲਾ ਪਾਤਾ ਅਸਲੀ ਸੀਟੀ ਕਿਉਂਕਿ ਉੱਚੀ ਸੁਣਦੀ ਆ ਹੋਰ ਕਿਸੇ ਸੁਣਦੀਆਂ ਨਹੀਂ ਆ ਚਲੋ ਅਡਿੰਗਦਾ ਜਾਊਗਾ ਅਤੇ ਮਜ਼ਾ ਆਊਗਾ ਸਪੈਸ਼ਲੀ 56 ਦਾ ਨਜ਼ਾਰਾ ਸਿਟੀ ਦਾ ਹੀ ਆ ਹਾਲ ਭਾਈ ਐਨੂੰ ਕਰਕੇ ਕਰਦੇ ਟਾਈਟ ਨਹੀਂ ਐਨੂੰ ਕਰਕੇ ਕਰ ਸਿੱਧੇ ਦੂਜਾ ਮੈਂ ਰੱਖਿਆ ਵਾ ਅੰਦਰ ਪਤਾ ਕਿਉਂ ਹੁਣੇ ਬਦਲਿਆ ਪਹਿਲਾਂ ਉੱਦਾਂ ਹੀ ਚੱਲੇ ਸੀ ਅਤੇ ਬਾਪੂ ਚੱਲ ਗਿਆ ਰੋਟੀਆਂ ਦੇਣ ਬਾਪੂ ਕਹਿੰਦਾ ਹੀ ਨਹੀਂ ਬਦਲਣਾ ਮੈਂ ਕਿਹਾ ਬਦਲਣਾ ਤਾਂ ਫਿਰ ਹੈਗਾ ਹੀ ਆ ਇਹ ਮੋਡੀਫਿਕੇਸ਼ਨ ਆ ਫਿਰ ਟਾਇਰ ਵੀ ਮੈਂ ਆਪੇ ਹੀ ਪਾਉਣ ਚੱਲਾਂ ਆ ਅਤੇ ਨਵਾਂ ਟਰੈਕਟਰ ਇਹੀ ਲਿਆ ਮੈਂ ਕਿਹਾ ਚੱਲ ਇਹਨੂੰ ਥੋੜ੍ਹਾ ਬਹੁਤਾ ਮੋਡੀਫਾਈ ਕਰਾ ਲਈਏ ਬੰਪਰ ਬੁੰਪਰ ਲਵਾ ਲਿਆ ਸੀਗਾ ਹੈ ਸੀਟੀਆਂ ਮਾਰਦੇ ਜਾਣਾ ਬਸ ਰਾਹ ਚ ਰੁਕੇ ਆ ਰੇਸ ਖੋਲਣ ਲਈ ਘਰੋਂ ਫਟਾਫਟ ਨਿਕਲੇ ਆ ਸੀਗੇ ਅਤੇ ਮੈਂ ਕਿਹਾ ਰਾਹ 'ਚ ਚਾਬੀ ਨਹੀਂ ਮਿਲਦੀ ਘਰੋਂ ਮੈਂ ਕਿਹਾ ਰਾਹ 'ਚੋਂ ਲੈ ਕੇ ਖੋਲ ਲਾਂਗੇ ਹੁਣ ਉਹ 11 ਨੰਬਰ ਚਾਬੀ ਸਾਡੇ ਘਰ ਮਿਲੀ ਨਹੀਂ ਸੀ ਹੁਣ 11 ਨੰਬਰ ਚਾਬੀ ਨਾਲ ਖੋਲਣ ਲੱਗੇ ਹਾਂ ਦਈ ਵੀਰੇ ਕਾਫੀ ਪਈ ਯਾਰ ਦਸ ਹੀ ਪਈ ਆਪਣੇ ਵਾਲੀ 10 ਖਰਾਬ ਸੀ ਪਈ ਆਹੋ 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 ਬੇਟ ਲੇ ਆ ਬੇਟ ਲੇ ਆ ਯਾਰ ਇਹ ਤਾਂ ਫਿਰ ਉੱਦਾਂ ਵੀ ਕਰਦੇ ਹੋਣੇ ਕਿਹੜਾ ਪਹਿਲੀ ਵਾਰੀ ਹੋਏ ਧਿਆਨ ਹੀ ਨਹੀਂ ਦਿੱਤਾ ਕਿਸੇ ਨੇ ਬੇਟ ਵੀ ਢਿੱਲੇ ਆ ਚਲੋ ਉੱਥੇ ਆ ਕੇ ਟਾਈਟ ਕਰਦੇ ਹਾਂ ਆ5 ਕਿਲੋਮੀਟਰ ਰਹਿ ਗਿਆ ਲੋ ਬਾਬਾ ਜੀ ਐਂਟਰੀ ਕਰਨ ਲੱਗੇ ਨਵਾਂ ਸ਼ਹਿਰ ਹੁਣ ਇੱਥੋਂ ਪਾ ਕੇ ਇਹਦੇ ਗੈਰਨ ਟਾਇਰ ਕਿੰਨੀ ਦੂਰ ਆ ਰਹਿ ਗਿਆ 2 ਕਿਲੋਮੀਟਰ ਲੋ ਬਾਬਾ ਜੀ ਆਹੀ 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 ਆ ਪਹੁੰਚ ਗਿਆ ਬਾਬਾ ਜੀ ਆਪਾਂ ਪਹੁੰਚ ਗਿਆ ਆ ਆ ਗੈਰਨ ਟਾਇਰ ਚਲੋ ਦੇਖਦੇ ਹਾਂ ਹੁਣ
ਬਾਬਾ ਜੀ ਪਹੁੰਚ ਗਏ ਆਪਾਂ ਜਿਹੜੀ ਕਿ ਸਭ ਤੋਂ ਵਧੀਆ ਚਲੋ ਮੰਨੀ ਜਾਂਦੀ ਆ ਆਪਣੇ ਆਹ ਪਏ ਮੋਰਲੇ ਟਾਇਰ ਸਾਰੇ ਹੀ ਮੋਰਲੇ ਟਾਇਰ ਪਏ ਆ ਅਤੇ ਆਹ ਵੀ ਮੋਰਲੇ ਆ ਭਾਈ ਆਹ ਪੈਣੇ ਮੈਨੂੰ ਲੱਗਦਾ ਨਾ ਜੇ ਆਪਣੇ ਵੱਲ ਨੂੰ ਪਏ ਉੱਚੇ ਉੱਚੇ ਇੰਨੇ ਇੰਨੇ ਉੱਚੇ ਤਾਂ ਚਾਹੀਦੇ ਆ ਰੈਡੀ ਕੀਤੇ ਆ ਕੀਤੇ ਹੋਏ ਆ ਅਤੇ ਆਹ ਪਿੱਛੇ ਵਾਲੇ ਮੈਨੂੰ ਲੱਗਦਾ ਆਹ ਲੱਗਣ ਡਿਆ ਆ ਹੈ ਆਹੋ ਉਹ ਇੰਨੇ ਉੱਚੇ ਪੈਣੇ ਜੇ ਪਏ ਵੀ ਹੈ ਨਾ ਬਰਾਬਰ ਹੀ ਕਿਉਂਕਿ ਹੁਣ ਚਾਰ ਪੰਜ ਇੰਚ ਦਾ ਤਾਂ ਉੱਦਾਂ ਵੀ ਪਿੱਛੇ ਵੀ ਉੱਚਾ ਹੋ ਜਾਣਾ ਆ ਆਹ ਦੇਖੋ ਆਹ ਸਾਈਜ਼ ਪੈਣਾ ਹੋਵੇ ਇੱਦਾਂ ਬਰਾਬਰ ਖੜਾ ਕਰਕੇ ਦੇਖਦੇ ਆ ਭਾਈ ਮਾੜਾ ਕਰੀ ਯਾਰ ਬਰਾਬਰ ਖੜਾ ਇਹ ਆਹ ਦੇਖੋ ਇੰਨਾ ਕੁ ਉੱਚਾ ਹੋਣਾ ਹੈ ਨਾ ਆਹ ਹਵਾ ਭਰ ਕੇ ਹੋਰ ਉੱਚਾ ਹੋ ਜਾਣਾ ਆ ਉਹੀ ਤਾਂ ਕਹਿੰਦਾ ਇੰਨਾ ਪਿੱਛੇ ਉੱਚਾ ਹੋ ਜਾਣਾ ਫਿਰ ਇੰਨਾ ਕੀ ਇੰਨਾ ਅੱਗੇ ਉੱਚਾ ਹੋਊਗਾ ਆਹੀ ਸਾਈਜ਼ ਪੈਣਾ ਫਿਰ 11-16 ਇਹ ਵੀ ਅਲਾਇੰਸ ਦੇ ਆ ਸੋ ਬਾਬਾ ਜੀ ਆਹ ਵਾਲੇ ਪਾਉਣੇ ਹੁਣ 18-4-30 ਅਤੇ ਜਿਹੜੇ ਪਹਿਲਾਂ ਆ ਉਹ 16-9-30 ਆ ਮਤਲਬ ਉੱਚਾਈ 'ਚ ਵੀ ਵੱਡੇ ਚੜਾਈ 'ਚ ਵੀ ਵੱਡੇ ਆਹ ਵਾਲੇ ਪਾਉਣੇ ਆਪਾਂ ਇਹੀ ਕੰਪਨੀ ਪਾਉਣੀ ਆ ਆਹੀ ਟਾਇਰ ਆ ਰੇਡੀਅਲ ਸੋ ਇਹ ਗੁੱਡੀ ਵਧੀਆ ਲੱਗਦੀ ਆ ਸਾਰੇ ਪਾਸੋਂ ਘੈਂਟ ਆ ਸੋ ਬਾਬਾ ਜੀ ਇੱਥੇ ਆਉਣ ਦਾ ਇੱਕੋ ਇੱਕ ਮਕਸਦ ਆ ਕਿ ਐਕਸਪੀਰੀਅੰਸ ਆ ਬਾਈ ਹੁਣੀ ਰੋਜ਼ ਹੀ ਪਾ ਦਿੰਦੇ ਛਪੰਜਾਬੀ ਨੂੰ ਹੁਣ ਆਪਣੇ ਵਾਲਾ ਜਿੱਦਾਂ ਛਪੰਜਾਬੀ ਆ ਸੇਮ ਹਰੇਕ ਚੀਜ਼ ਦਾ ਇੱਥੇ ਹੱਲ ਆ ਵੀਲ ਵੀ ਫਰੈਸ਼ ਰੈਡੀ ਹੋ ਜਾਂਦੇ ਆ ਸਾਰਾ ਕੁਝ ਵਨ ਸਟੋਪ ਸ਼ੋਪ ਆ ਅਤੇ ਜਿੱਦਾਂ ਤੁਹਾਨੂੰ ਪਤਾ ਹੀ ਆ ਅਤੇ ਇਸੇ ਕਰਕੇ ਆਪਾਂ ਇੱਥੇ ਆਏ ਹਾਂ 2.5 ਘੰਟੇ ਲਾ ਕੇ ਆਏ ਹਾਂ ਸਿਰਫ ਇਸੇ ਕਰਕੇ ਕਿ ਆਪਾਂ ਨੂੰ ਇੱਥੇ ਕੋਈ ਜੇ ਤੰਗੀ ਪਰੇਸ਼ਾਨੀ ਆਉਂਦੀ ਵੀ ਆ ਤਾਂ ਇੱਥੇ ਹੱਲ ਹੈਗੇ ਆ ਸੋ ਪਿਛਲੇ ਤਾਂ ਆਪਣੇ ਜਿਹੜੇ ਤੁਹਾਨੂੰ ਦਿਖਾਤੇ ਉਹ ਆ ਹੁਣ ਮੋਰਲੇ ਸਿਲੈਕਟ ਕਰ ਰਹੇ ਹਾਂ ਇਹ ਅਲਾਇੰਸ ਅੱਛਾ ਇਹ ਵਾਲੇ ਰਿਮ ਹਾਂਜੀ ਇਹੀ ਲਵਾਂਗੇ ਇਹੀ ਸੋਹਣੇ ਲੱਗਦੇ ਆ ਆਹ ਵਾਲੇ ਆ ਨਾ ਉਹ ਇੱਕ ਇਹਦੇ 'ਚ ਜਿਹੜੇ ਵਨ ਪੀਸ ਵਾਲੇ ਉਹ ਵੀ ਆਉਂਦੇ ਆ ਉਹ ਕਿੱਦਾਂ ਦੇ ਆ ਉਹ ਕਿਹਦੇ ਹਿਸਾਬ ਦੇ ਮੈਨੂੰ ਤਾਂ ਇਹੀ ਸੋਹਣੇ ਲੱਗਦੇ ਆ ਹੁਣ ਮੋਰਲੇ ਸਿਲੈਕਟ ਕਰ ਰਹੇ ਹਾਂ ਇਹ ਕਾਹ ਵਾਲਾ ਆ ਇਹ ਤਾਂ ਐਵੇਂ ਲੱਗਦੇ ਆ ਇਹ ਨਹੀਂ ਫਿਰ ਜੇ ਪਾਉਣੇ ਤਾਂ ਫਿਰ ਉਹੀ ਪਾਵਾਂਗੇ ਉਹੀ ਭਾਈ ਫਿਰ ਤਾਂ ਉਹੀ ਪਾਵਾਂਗੇ ਉਹੀ ਕਰਾਂਗੇ ਇਹਦੇ ਵਿੱਚ ਯੈਲੋ ਕਲਰ ਦੇ ਵੀ ਆਉਂਦੇ ਆ WILP ਦੇ ਆਉਂਦੇ ਆ ਇੱਕ ਇਹ ਆਉਂਦੇ ਆ ਜਾਣੀ ਸੋ ਆਪਾਂ ਹੁਣ ਸੀਏਟ ਦਾ ਅਤੇ ਅਲਾਇੰਸ ਦੀ ਜੋੜੀ 'ਚੋਂ ਆਪਾਂ ਕੰਪੇਅਰ ਕਰ ਰਹੇ ਹਾਂ ਕਿਹੜਾ ਵਧੀਆ ਕਿਹੜਾ ਨਹੀਂ ਸੋ ਉਹਦੇ ਹਿਸਾਬ ਨਾਲ ਦੇਖਦੇ ਹਾਂ ਵੀ ਕਿਹੜਾ ਬੈਸਟ ਲੱਗਦਾ ਉਹਦੇ ਹਿਸਾਬ ਨਾਲ ਫਿਰ ਆਪਾਂ ਸਿਲੈਕਟ ਕਰਦੇ ਕਿਉਂਕਿ ਪਿੱਛੇ ਮੋਹਰੇ ਵੀ ਟਰੈਕਟਰ ਉੱਚਾ ਕਰਨਾ ਪੈਣਾ ਇਸ ਕਰਕੇ ਨਹੀਂ ਆਹ ਵਾਲੇ ਲੈਣੇ ਭਾਈ ਆਹ ਵਾਲੇ ਆਹ ਵਾਲੇ ਆਹ ਵਾਲੇ ਹਾਂ 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 ਸੀਏਟ ਦਾ ਲੱਗਾ ਡਬਲ ਲੈਣੇ ਨੂੰ ਕਹਿੰਦੇ ਇਹ 'ਚ ਅਲਾਇੰਸ ਹੀ ਹੋਣਾ ਆ ਨਹੀਂ ਨਹੀਂ ਫਿਰ ਤਾਂ ਇਹੀ ਇਹੀ ਦੇਖਣਾ ਪੈਣਾ ਟਾਈਮ 'ਚ ਹੀ ਆ ਭਾਜੀ ਹਾਂ ਹੋਰ ਤਰ੍ਹਾਂ ਲੱਗਦਾ ਹਾਂ ਤਾਂ ਨਹੀਂ ਆਹ ਤਾਂ ਡਬਲ ਲੈਣ ਤਾਂ ਮੈਨੂੰ ਬੜਾ ਹੀ ਹੋਰ ਤਰ੍ਹਾਂ ਲੱਗਦਾ ਇਹ ਨਾਲ ਸਿੰਗਲ ਲੈਣ ਫਿਰ ਸਹੀ ਆ ਸਟੋਕ ਹੀ ਸਟੋਕ ਆ ਇੱਧਰ ਤਾਂ ਸਟੋਕ ਹੀ ਸਟੋਕ ਇਹ ਸਹੀ ਕਰਕੇ ਗਰਨ ਟਾਇਰ ਮਸ਼ਹੂਰ ਆ ਸਟੋਕ ਹੀ ਸਟੋਕ ਆ ਸਾਨੂੰ ਸਿਲੈਕਟ ਤਾਂ ਆ ਗਿਆ ਪਰ ਭਾਈ ਹੋਰ ਹੋਰ ਸੰਤੁਸ਼ਟ ਕਰ ਰਿਹਾ ਜਿੰਨਾ ਸੰਤੁਸ਼ਟ ਹੋ ਜਾਈਏ ਬਹੁਤ ਜ਼ਿਆਦਾ ਭਾਰ ਆਇਆ ਪਰ ਸ਼ੇਪ ਉਹ ਵਿੱਚ ਉਹ ਆ ਨਾ ਸਿੰਪਲ ਹੀ ਸ਼ੇਪ ਬਸ ਇਹ ਇਹ ਕਾਹਦੇ ਲਈ ਮਜ਼ਬੂਤੀ ਲਈ ਗੁੱਡ ਆ ਹਾਂ ਇਹ ਸਟਰੈਂਥ ਲਈ ਹੈ ਇਹ ਸਟਰੈਂਥ ਲਈ ਗੁੱਡ ਆ ਜੇ ਸਸਤੇ ਲੈਣੇ ਆ ਟਾਇਰ ਹੁੰਦਾ ਹੋਣਾ 1100-1600 ਦੇ ਇਹ ਸਸਤੇ ਆ ਨਾ ਇਹ 9000 ਇਹ ਉਹ ਸਾਡੇ ਨੇ ਪਵਾਏ ਆ ਇਹ ਨਹੀਂ ਵਧੀਆ ਹੋਇਆ ਸਾਡੇ ਕੰਮ ਵਾਲੇ ਭਾਜੀ ਆ 8000 ਚ ਵੀ 9000 ਚ ਓਕੇ ਹੁਣ ਰੇਡੀਅਲ ਰੇਡੀਅਲ ਭਾਈ ਚੌੜੀ ਗੁੱਡੀ ਚੌੜੀ ਆ ਯਾਰ ਉਹ ਕਿਹੜਾ ਬੀਕੇਟੀ ਆ ਨਹੀਂ ਬੀਕੇਟੀ ਤੁਸੀਂ ਆਪੇ ਕਹਿੰਦੇ ਸੌਫਟ ਆ ਹੈ ਨਾ ਸੌਫਟ ਆ ਆਪਾਂ ਫਿਰ ਅੱਛਾ ਸਿੰਪਲ 'ਚ ਵੀ ਆਹ ਚੱਲੇ ਹੋਏ ਸਾਰੇ ਉਹ ਉਹ ਗੁੱਡੀ ਈਅਰ ਦਾ ਆ ਆਹ ਗੁੱਡੀ ਵਾਲਾ ਆਹ ਪਤਲੀ ਗੁੱਡੀ ਵਾਲਾ ਹਾਂ ਇਹ ਵੀ ਰੇਡੀਅਲ ਹੀ ਆ ਨਾ ਰੇਡੀਅਲ 16-28 ਤੱਕ ਆਉਂਦਾ ਭਾਜੀ ਇਹ ਕਿਹੜਾ 18 ਨਹੀਂ ਇਹ 18 ਤਾਂ ਬਣਦਾ ਹੀ ਨਹੀਂ ਨਾ ਅੱਛਾ ਬਣਦਾ ਹੀ ਨਹੀਂ ਇਹ ਰੇਡੀਅਲ ਲੱਗੇ ਟਿੱਡਾ ਜਿਹਾ ਲੱਗਦਾ ਇਹਦੇ ਉੱਚਾ ਕਿੰਨਾ ਕੁ ਲੱਗਦਾ ਉੱਚਾ ਥੋੜ੍ਹਾ ਥੋੜ੍ਹਾ ਉੱਚਾ ਪਰ ਇਹ ਵਾਲਾ ਜਾਲੀ ਕੰਪਨੀ ਦਾ ਪਰ ਆਪਾਂ ਇੱਥੋਂ ਛੋਟਾ ਪਾਉਣਾ ਇਹ ਵਾਲੇ ਉੱਦਾਂ ਇਕੱਲੇ ਰੋਡਾਂ ਦੇ ਵਿੱਚ ਚੱਲਣ ਵਾਲੇ ਟਾਇਰ ਆ ਆਪਾਂ ਪਾਉਣਾ ਜਿਹੜਾ ਕੰਬਾਈਨ ਦਾ ਟਾਇਰ ਹੁੰਦਾ ਆ ਆਪਾਂ ਉਹ ਵਾਲਾ ਪਾਉਣਾ ਆ ਅਤੇ ਇਹ ਅਰਜਨ ਨੂੰ ਪੈਣਾ ਕਿਸੇ ਨੂੰ ਪਤਾ ਨਹੀਂ ਹੁਣ ਆਹ ਵਾਲਾ ਟ੍ਰੈਂਡ ਚੱਲ ਚੱਲਾ ਆ ਪਿੱਛੋਂ ਹੋਰ ਚੌੜਿਆਂ ਦਾ ਪਰ ਇਹ ਥੋੜ੍ਹਾ ਜਾਲੀ ਕੰਪਨੀ ਦਾ ਆ ਆਪਾਂ 18-9 ਗੁੱਡੀ ਇੱਦਾਂ ਦੀ ਹੋਣੀ ਆ ਆਪਾਂ 18-4-30 ਦਾ ਪਾਉਣਾ ਆ ਇਹਨੂੰ ਜਿਹੜਾ ਕਿ ਟਰੈਕਟਰਾਂ 'ਚ ਸਭ ਤੋਂ ਵੱਡਾ ਹੀ ਆਉਂਦਾ ਆ ਉਹੀ ਪਾਉਣਾ ਆ ਸੋ ਲੱਗੇ ਬਾਬਾ ਜੀ ਕੰਮ ਸ਼ੁਰੂ ਕਰਨ ਉਹ ਗਰਾਜ 'ਚੋਂ ਟਰੈਕਟਰ ਕੱਢ ਲਿਆ ਕਿਉਂਕਿ ਉੱਥੇ ਆਪਣੀ ਲਾਈਟ ਹੈ ਨਹੀਂ ਸੀ ਸੋ ਇਹ ਵਾਲੇ ਆਪਣੇ ਰਿਮ ਰੈਡੀ ਹੋ ਰਹੇ ਪੁੱਟੀ ਭਰ ਕੇ ਪੂਰਾ ਪੇਂਟ ਹੋਣੇ ਆ ਪੂਰੇ ਨਵੇਂ ਵਾਂਗੂ ਹੀ ਹੋਊਗੇ
ਤੇ ਕੋਈ ਫਰਕ ਨਹੀਂ ਲੱਗੂਗਾ ਤੇ ਪਰ ਸਾਨੂੰ ਪਸੰਦ ਇਹੀ ਸੀ ਆਹ ਵਾਲੇ ਵਾਲੇ ਗੋਲ ਘੇਰਿਆਂ ਵਾਲੇ ਸੋ ਬੱਬੇ ਹੋ ਗਿਆ ਕੰਮ ਸ਼ੁਰੂ ਟਰੈਕਟਰ ਟਰੈਕਟਰ ਨੂੰ ਕੁੱਟਣਾ ਫਿਰ ਟਰੈਕਟਰ ਵਾਂਗੂ ਹੀ ਪੈਂਦਾ ਚੱਲ ਪਤਾ ਕੰਮ ਬੜਾ ਔਖਾ ਕੀਤਾ ਹੈ ਮਿੰਟੇ ਕੱਢ ਕੇ ਬਾਹਰ ਮਾਰੇ ਐ ਨਹੀਂ ਦੇਖ ਹੁੰਦਾ ਹੈ ਫਟਾਫਟ ਚੜਾਓ ਨਵਾਂ ਟਰੈਕਟਰ ਆ ਭਰਾਵਾ ਹਲੇ ਚਲੋ ਬਾਹਰ ਉਹ ਅਲਾਇੰਸ ਦੇ ਵੀਰੇ 18-4-30 ਆਹ ਦੇਖੋ ਹੁਣ ਆਹ ਪਾਉਣਾ ਕਰੋ ਚੈੱਕ ਉਹ ਪੁਰਾਣਾ ਪਿਆ ਆਹ ਨਵਾਂ ਦੇਖਣ ਤੋਂ ਹੀ ਫਰਕ ਦੇਖੋ ਉਹ ਸਾਰਾ ਛੋਟਾ ਜਿਹਾ ਲੱਗਦਾ ਸਾਹਮਣੇ ਸੋ ਆਪਾਂ ਮਰਗਾਰਡ ਨਹੀਂ ਉੱਚੇ ਕੀਤੇ ਉਹ ਉਨੇ ਰਹਿਣ ਤੇ ਆ ਆਹ ਦੇਖੋ ਪੂਰਾ ਨਾਲ ਨਾਲ ਦੀ ਗੱਲਬਾਤ ਪੂਰੀ ਮੈਨੂੰ ਤਾਂ ਇੱਦਾਂ ਜ਼ਿਆਦਾ ਸੈਕਸੀ ਲੱਗੇ ਆਪਾਂ ਤਾਂ ਇੱਦਾਂ ਰਹਿਣ ਦੇਣਾ ਕੰਮ ਹੁਣ 11-16 ਦੇ ਪਾਉਣੇ ਆ 11 ਦੇ ਪਾ ਦਿਓ ਭਾਈ 11 ਦੇ ਭਾਈ ਆਪਣੀ ਦੂਜੀ ਗੁੱਡੀ ਅਲਾਇੰਸ ਵਾਲੀ ਉਹ ਵਾਲੀ ਹੁਣ ਮੈਚਿੰਗ ਪੇਂਟ ਹੋਣ ਲੱਗਾ ਮੋਰਲੇ ਟਾਇਰਾਂ ਨੂੰ ਸੋ ਜਿੱਦਾਂ ਦਾ ਆਪਣੇ ਟਰੈਕਟਰ ਦੇ ਕਲਰ ਹੁੰਦਾ ਆ ਮਰਗਾਡਾ ਮਰਗੂਡਾ ਨੂੰ ਸੇਮ ਉੱਦਾਂ ਦਾ ਫਿਰ ਕਲਰ ਕਰ ਦਿੰਦੇ ਆ ਗਿਆ ਸੋ ਮੋਰਲੇ ਵੀ ਹੁਣ ਫਿੱਟ ਹੋ ਚੱਲੇ ਆ ਇੱਕੋ ਹੀ ਰਹਿ ਗਿਆ ਪਰਲਾ ਫਿੱਟ ਹੋ ਗਿਆ ਪੇਂਟ ਪੂੰਟ ਵੀ ਇਹਦਾ ਫਟਾਫਟ ਸੁੱਕ ਜਾਂਦਾ ਆ ਆਹ ਦੇਖੋ ਆਹ ਤਾਂ ਫਿੱਟ ਹੋ ਗਿਆ ਅਤੇ ਹੁਣ ਹੁਣ ਅਸਲੀ ਲੁੱਕ ਆਈ ਆ ਉਹਨਾਂ ਟਾਇਰਾਂ ਨਾਲ ਤਾਂ ਬਾਹਲਾ ਹੀ ਪਤਲਾ ਲੱਗਦਾ ਯਾਰ ਬਾਹਲਾ ਹੀ ਪਤਲਾ ਲੱਗਦਾ ਪਤਾ ਨਹੀਂ ਕੀ ਚੱਕਰ ਆ ਹੁਣ ਪਿੱਛੇ ਜਿਹੜੇ ਪੁਰਾਣੇ ਟਾਇਰ ਆ ਉਹਨਾਂ ਦਾ ਪਿੱਛੇ ਅਰੇਂਜਮੈਂਟ ਕਰਨ ਲੱਗ ਬੜਾ ਫੱਟੀ ਘਰੇ ਭੁੱਲਿਆ ਏ ਜਿਹਦੇ ਕਰਕੇ ਹੁਣ ਆਹ ਦੁਬਾਰਾ ਸੈਟਲਮੈਂਟ ਕਰ ਰਹੇ ਹਾਂ ਲੈ ਲਿਓ ਬੰਗੇ ਟਰੈਕਟਰ ਵੀ ਇੱਕ ਖੜਾ ਹੋਣਾ ਆ ਉਹ ਵੱਡਾ ਜਿਹੜਾ ਉਹੀ ਵੇਟ ਕਰਦਾ ਪਿਆ ਨਾ ਹਲੇ ਵੀ ਉਹ ਤਾਂ ਫੱਟੀ ਹੋਈ ਹੋਵੇ ਫੱਟੀ ਲੈ ਲਓ ਬਾਬਾ ਜੀ ਫਾਈਨਲ ਲੁੱਕ ਆ ਗਈ ਸਾਹਮਣੇ ਦੱਸੋ ਫਿਰ ਕਿੱਦਾਂ ਲੱਗਦੀ ਇਕੱਲੇ ਟਾਇਰਾਂ ਦੀ ਚੌੜੇ ਹੋ ਗਿਆ ਕੰਮ ਪੂਰਾ ਹਾਂ ਧੱਕ ਪੈ ਗਈ ਪੂਰੀ ਕਹਿੰਦੇ ਲਾਲਾ ਹੋ ਗਈ ਪੂਰੀ ਦੱਸੋ ਫਿਰ ਅਤੇ ਬਾਕੀ ਬਾਈ ਹੋਣਾ ਤਾਂ ਥੈਂਕ ਯੂ ਆ ਬਹੁਤ ਜ਼ਿਆਦਾ ਵਧੀਆ ਡੀਲ ਕੀਤਾ ਬਾਈ ਹੋਣਾ ਨੇ ਅਤੇ ਸਿਰਾ ਹੀ ਲਾਤਾ ਥੈਂਕ ਯੂ ਬਾਬਾ ਜੀ ਬਹੁਤ ਯਾਰ ਬਹੁਤ ਵਧੀਆ ਯਾਰ ਤੁਹਾਡੇ ਨਾਲ ਰਿਹਾ ਐਕਸਪੀਰੀਅੰਸ ਅਤੇ ਬਾਕੀ ਸਾਰਿਆਂ ਲਈ ਹਾਈਲੀ ਰਿਕਮੈਂਡ ਆ ਗੈਰਨ ਟਾਇਰ ਨਵਾਂ ਸ਼ਹਿਰ ਅਤੇ ਸਾਰੇ ਵੀਰ ਪਹੁੰਚਿਓ ਜਿਨ੍ਹਾਂ ਨੇ ਵੀ ਟਾਇਰ ਪਾਉਣੇ ਕਿਉਂਕਿ ਇੱਥੇ ਇੱਕ ਇਹ ਚੀਜ਼ ਆ ਕਿ ਕੁਆਲਿਟੀ ਬਹੁਤ ਹਾਈ ਆ ਚਲੋ ਰੇਟ ਤਾਂ ਹੈ ਹੀ ਹੈ ਪਰ ਕੁਆਲਿਟੀ ਵਾਲੀਆਂ ਚੀਜ਼ਾਂ ਇੱਥੇ ਸਾਰੀਆਂ ਮਤਲਬ ਤੁਹਾਨੂੰ ਚੋਇਸ ਮਿਲੂਗੀ ਹਰੇਕ ਚੀਜ਼ 'ਚ ਮੋਰਲੇ ਤੋਂ ਲੈ ਕੇ ਪਿਛਲੇ ਟਾਇਰਾਂ ਦਾ ਕਿੱਥੇ ਹਰੇਕ ਚੀਜ਼ ਦਾ ਹੱਲ ਆ ਤੁਹਾਨੂੰ ਵੀਲ ਚਾਹੀਦੇ ਵੀਲਾਂ ਦਾ ਵੀ ਹੱਲ ਆ ਹਰੇਕ ਚੀਜ਼ ਦਾ ਹੱਲ ਆ ਜੇ ਤੁਸੀਂ ਵੀਲ ਵੱਡੇ ਵੀ ਕਰਾਉਣੇ ਆ ਟਾਇਰ ਤੁਸੀਂ ਲੋਡ ਤੋਂ ਵੀ ਜ਼ਿਆਦਾ ਐਕਸੈਸ 'ਚ ਵੱਡੇ ਕਰਾਉਣੇ ਆ ਜਿੱਦਾਂ ਹੁਣ ਬਾਹਲੇ ਚੌੜਿਆਂ ਦਾ ਟ੍ਰੈਂਡ ਚੱਲ ਗਿਆ ਉਹ ਟ੍ਰੈਂਡ ਸ਼ੁਰੂ ਇੱਥੇ ਹੀ ਹੋਇਆ ਅਤੇ ਜੇ ਕਿਸੇ ਨੇ ਪਾਉਣੇ ਤਾਂ ਬਸ਼ੱਕ ਦੀ ਇੱਥੇ ਪਹੁੰਚ ਸਕਦਾ ਆ ਅਤੇ ਬਾਕੀ ਆਹ ਭਾਈ ਨੂੰ ਕੰਟੈਕਟ ਕਰ ਸਕਦਾ ਬੰਟੀ ਭਾਈ ਨੂੰ ਰਹਿੰਦੇ ਸ਼ਰਮਾਉਂਦੇ ਆ ਪਰ ਕੰਟੈਕਟ ਕਰ ਲਿਓ ਦੱਸ ਦਿੰਦੇ ਆ ਚਲੋ ਚੱਲੀਏ ਥੈਂਕ ਯੂ ਭਾਈ ਥੈਂਕ ਯੂ ਬਹੁਤ ਓਕੇ ਵੀਰੇ ਥੈਂਕ ਯੂ ਥੈਂਕ ਯੂ ਬਹੁਤ ਹੈਂਡ ਬ੍ਰੇਕ ਖੋਲੀ ਚਲੋ ਬਾਬਾ ਜੀ ਨਵਾਂ ਯੰਤਰ ਤੁਹਾਨੂੰ ਦਿਖਾਉਂਦੇ ਹਾਂ ਆਹ ਕਰੋ ਚੈੱਕ ਕਹਿੰਦੇ ਅੱਜ ਕੱਲ੍ਹ ਬਾਹਲਾ ਵਾਇਰਲ ਆ ਕਹਿੰਦੇ ਟਰੈਕਟਰ ਇਹ ਕਹਿਣ ਦੀ ਗੱਲ ਨਹੀਂ ਕਰੋ ਚੈੱਕ ਟਾਇਰ ਇਹ ਵੀ ਉੱਥੋਂ ਹੀ ਤਿਆਰ ਹੋਇਆ ਜਿੱਥੋਂ ਆਪਾਂ ਕਰਾ ਕੇ ਲਿਆਏ ਹਾਂ ਕਰੋ ਚੈੱਕ ਸਿਰਾ ਕੰਮ ਇੱਧਰ ਉਹ ਤਾਂ ਕਰਨਾ ਅਤੇ ਆਹ ਵੀ ਚੈੱਕ ਕਰੋ ਕੰਮ ਕਿਉਂ ਬਣਦੀ ਗੱਲ ਉਹ ਆਪਣੇ ਵਾਲਾ ਕਿਹੜਾ ਆਪਣੇ ਵਾਲਾ ਹੈਗਾ 56 ਵੀ ਇਹ ਹੈਗਾ 36 ਦੀ ਕਿਵੇਂ ਲੱਗਦਾ ਦੱਸੋ ਵੇ ਹਾਂ ਬਾਬਾ ਜੀ ਮੁੰਡੇ ਭਰਾਵਾ ਮੈਨੂੰ ਉਹ ਬੰਦੇ ਪਤਾ ਹੀ ਕਹਿੰਦੇ ਹੁਣ ਸਾਨੂੰ ਆਰਡਰ ਹੀ ਬੜੇ ਆਉਣ ਲੱਗ ਪਿਆ ਟਾਇਰਾਂ ਦੇ ਆਪਾਂ ਪਾਏ ਉਦੋਂ ਬਾਅਦ ਚ ਫੋਨ ਆਉਣ ਲੱਗ ਪਿਆ ਕਹਿੰਦੇ ਸਾਨੂੰ ਹੁਣ ਫੋਨ ਹੀ ਪਾਉਣ ਲੱਗ ਪਏ ਗਏ ਵੀ ਭੈਣ ਵੀ ਕਹਿੰਦੇ ਭੈਣ ਚ ਹੁਣ ਦੱਸੋ ਸਾਨੂੰ ਵੀ ਹਾਂ ਵੀ ਕਿੱਦਾਂ ਮਤਲਬ ਕੀ ਸਿਸਟਮ ਕੀ ਆ ਇਹਦਾ ਬਲੌਗ ਨੀ ਨਾ ਮੈਨੂੰ ਲੱਗਦਾ ਕਿਸੇ ਨੇ ਪਾਇਆ ਹਲੇ ਪਤਾ ਨੀ ਲੱਗਾ ਉਹੀ ਜਨਤਾ ਨੂੰ ਪਤਾ ਨੀ ਲੱਗਣ ਡਿਆ ਵੀ ਤਿਆਰ ਕਿੱਥੋਂ ਆ ਰੀਲਾਂ ਜਾਦੀਆਂ ਚੜ੍ਹਨ ਲੱਗ ਪਈਆਂ ਬੇਜਾਣ ਚੱਕ ਚੱਕ ਕੇ ਪਾਈ ਜਾਂਦੇ ਕਿੰਨੇ ਸਾਈਜ਼ ਦੇ ਟਾਇਰ ਦੱਸੋ ਭੈ ਵਿਊ ਬਹੁਤ ਜਾਣਦੇ ਆ ਉਹੀ ਉਹ ਰੀਲਾਂ ਚੱਲੀ ਜਾਂਦੀਆਂ ਆ ਉਦਾਂ ਨਹੀਂ ਆਪਣਾ ਰੀਜਨਲ ਬਣਾਇਆ ਉਹ ਵਿਚਾਰਾ ਅਜੇ ਉੱਤੇ ਚੱਲਿਆ ਪੈਦਾ 1000-1200 ਦੇ ਉਹਨਾਂ ਨੇ ਕਿਆਂ ਲਵਾ ਲਈਆਂ ਸੋ ਇਧਰੋਂ ਆਪਾਂ ਨੂੰ ਫੱਟੀ ਮਿਲ ਗਈ ਆ ਹੋਲੈਂਡ ਵਾਲੀ ਆਪਣਾ ਬੁਰਾ ਹਾਲ ਹੋਇਆ ਨਾ ਜੀ ਉੱਤੋਂ ਆਪਣਾ ਰਾਹ ਵੀ ਅੱਗੇ ਕਸੂਤਾ ਹੀ ਸੀ ਹੱਲੇ ਕੀ ਪਿੱਛੋਂ ਰਾਹ ਪੱਧਰਾ ਸੀਗਾ ਤਾਂ ਵੀ ਟੁੱਟ ਗਈਆਂ ਇੱਥੋਂ ਸਾਨੂੰ ਫੱਟੀ ਮਿਲ ਗਈ ਆ ਵਾ ਟਰੈਕਟਰ ਦੀ
ਚਲੋ ਹੁਣ ਇਹਨਾਂ ਸਾਰ ਲਾਂਗੇ, ਕੱਲ ਨੂੰ ਇਹਨਾਂ ਨੂੰ ਫੱਟੀ ਵਾਪਸ ਕਰ ਦਾਂਗੇ। ਸੋ ਹੋ ਗਿਆ ਵਿਹਲਾ, ਹੁਣ ਬਣਾਈ ਆ ਰੀਲ ਇੱਕ ਅੱਧੀ ਤੇ ਆਪਾਂ ਰੀਲ ਬਣਾ ਕੇ ਤੇ ਹੁਣ ਫੇਰ ਕੰਟੀਨਿਊ ਕਰਦੇ ਆ। ਗੱਡੀ ਵਿੱਚ ਜਿੰਨੇ ਬੈਂਦੇ ਨਾਲ ਗੱਡੀ ਵਿੱਚ ਸਾਰੇ ਚੋਬਰ ਝੋਟੇ ਫੁੱਲ ਰਿਪੋਰਟਾਂ ਓਕੇ ਨਹੀਂ ਤੇਰੇ। ਬਾਬੇ ਰੀਲਾਂ ਲਈਆਂ ਆਪਾਂ ਬਣਾ ਤੇ ਹੁਣ ਤੁਹਾਨੂੰ ਰੀਲਾਂ ਦਾ ਵੀ ਵਿੱਚ ਜਾਂ ਦਿਖ ਗਈਆਂ ਹੋਊਗੀ, ਇੱਕ ਅੱਧੀ ਪਾ ਦਿਆਂਗੇ ਵਿੱਚ ਬਣਾ ਕੇ ਰੀਲ। ਤੇ ਚਲੋ ਇਹ ਵਾਲਾ ਕੰਮ ਜਿੱਦਾਂ ਕਰਾ ਦੇ ਹੁਣ ਅਸੀਂ ਵੀ ਸਕਦੇ, ਪਰ ਇਹ ਪ੍ਰੈਕਟੀਕਲ ਨਹੀਂ ਆ ਕਿਉਂਕਿ ਖੇਤਾਂ 'ਚ ਨਹੀਂ ਚੱਲ ਸਕਦਾ। ਖੇਤਾਂ 'ਚ ਉਨਾ ਕੀ ਚੱਲ ਸਕਦਾ ਆ ਜਿੰਨਾ ਕੁ ਆਪਾਂ ਕਰ ਲਿਆ, ਇਹ ਵੀ ਮਤਲਬ ਮੈਕਸੀਮਮ ਆ, ਜਿੰਨਾ ਵੀ ਉਹ ਮੈਕਸੀਮਮ ਆ, ਇਹ ਤੋਂ ਵੱਧ ਮੈਕਸੀਮਮ ਹੋ ਨਹੀਂ ਸਕਦਾ ਜਿੰਨਾ ਆਪਾਂ ਕਰ ਲਿਆ। ਅਤੇ ਬਾਕੀ ਆਹ ਵੀਰਾ ਪੂਰਾ ਟ੍ਰੈਂਡਿੰਗ ਚੱਲ ਰਿਹਾ ਆ, ਅਤੇ ਚਲੋ ਕਰੋ ਸਪੋਰਟ ਆ ਵੀਰ ਨੂੰ ਜਿੰਨਾ ਵੀ ਕਰ ਸਕਦੇ ਹਾਂ। ਅਤੇ ਚਲੋ ਹੁਣ ਇੱਥੋਂ ਤੁਰਦੇ ਆ ਕਿਉਂਕਿ ਅਸੀਂ ਬਾਵੇ ਦੂਰ ਜਾਣਾ ਹਾਲੇ, ਕਿਉਂਕਿ ਗੱਡੀ ਤਾਂ ਇਹ ਸਮਾਂ ਅੱਧੇ ਪੌਣੇ ਘੰਟੇ ਦਾ ਹੀ ਆ ਅਤੇ ਪਰ ਟਰੈਕਟਰ 'ਤੇ ਹਾਲੇ ਇਹ ਸਮਾਂ ਡੇਢ ਘੰਟੇ ਦਾ ਆ, ਅਤੇ ਅਸੀਂ ਫਟਾਫਟ ਹੁਣ ਤੁਰਦੇ ਹਾਂ। ਚਲੋ ਬਾਬਾ ਜੀ ਨਿਕਲੀਏ ਹੁਣ। ਓਕੇ ਸਾਹਿਬ ਜੀ, ਓਕੇ। ਚੱਕਰ ਇਹੀ ਸੀਗਾ, ਇਹਨੂੰ ਸਿੱਧਾ ਕੱਢ ਲੈਣਾ, ਸਿੱਧਾ ਕੱਢ ਲਾ। ਅਤੇ ਚੱਕਰ ਇਹੀ ਹਨੇਰੇ ਦਾ ਪੈਂਦਾ ਸੀ ਚੱਕਰ ਕਿ ਦਿਨੇ ਦਿਨੇ ਰਿਕਾਰਡ ਹੋਏ ਜੋ ਵੀ ਹੁਣ ਹੋ ਗਿਆ, ਅਤੇ ਹੁਣ ਮਿਲਦੇ ਹਾਂ। ਓਕੇ ਸਾਹਿਬ, ਓਕੇ। ਇੱਥੋਂ ਨਾਲ ਹੀ ਆ ਮਗਰ ਹੁਣ ਸਿੱਧਾ ਪਹੁੰਚਦਾ ਪਿੰਡ। ਬਾਬਾ ਜੀ ਫੋਨ ਦੀ ਹੋ ਗਈ ਸੀ ਬੈਟਰੀ ਲੋਅ ਅਤੇ ਆਪਾਂ ਆਏ ਸੀ ਮੈਕੜੀ, ਅਤੇ ਮੈਂ ਮੈਕੜੀ ਅੰਦਰ ਚੱਲਾ ਪਲੱਗ ਲਾਉਣ ਅਤੇ ਵੀਰਾ ਬਾਹਰ ਹੀ ਮਿਲ ਗਿਆ। ਵੀਰੇ ਬਹੁਤ ਵਧੀਆ ਯਾਰ, ਥੈਂਕ ਯੂ ਵੀਰੇ। ਵੀਰ ਜਾਣਦਾ ਸੀਗਾ, ਵੀਰ ਕਹਿੰਦਾ ਪਹਿਲਾਂ ਮੇਰੀ ਗੱਡੀ 'ਚ ਹੀ ਆ ਜਾਓ, ਗੱਡੀ 'ਚ ਹੀ ਲਾ ਲਓ। ਸੋ ਆਪਾਂ ਨੂੰ 10% ਚਾਹੀਦਾ ਆ ਉਹਦੇ ਲਈ। ਮੈਂ ਕਿਹਾ ਕਿਉਂ ਜ਼ਿਆਦਾ ਟਾਈਮ ਵੇਸਟ ਕਰਨਾ, ਫਟਾਫਟ ਘਰੇ ਪਹੁੰਚੀਏ, ਬਸ ਹਨੇਰਾ ਹੋਣ ਡਿਆ, 10% ਕਰਕੇ ਆਪਾਂ ਨਿਕਲ ਜਾਣਾ ਆ। ਅਤੇ ਬਸ ਹੁਣ ਖਾਣ ਪੀਣ ਦਾ ਦਿਲ ਨਹੀਂ ਸੀ, ਘਰੇ ਪਹੁੰਚਣ ਦਾ ਦਿਲ ਆ। ਲਿਆ ਹੋਇਆ ਸਮਾਨ? ਨਹੀਂ ਨਹੀਂ ਵੀਰੇ, ਬਸ ਖਾਣ ਪੀਣ ਦਾ ਦਿਲ ਹੀ ਨਹੀਂ ਸੀਗਾ, ਮੈਂ ਕਿਹਾ ਬਸ ਘਰੇ ਪਹੁੰਚ। ਬਾਕੀ ਆਪਣੇ ਗਏ ਹੋਏ ਟਰੈਕਟਰ ਆਪਣੇ ਟਾਲੀਆਂ ਲੋਡ ਕਰਨ, ਚਾਰ ਇੱਥੇ ਖੜੇ ਆ। ਤੇ ਸਭ ਤੋਂ ਵੱਡਾ 4x4 ਗਿਆ ਹੋਇਆ ਆ, 60-55 ਗਿਆ ਹੋਇਆ ਆ, ਤੇ ਜੌਂਡੀਅਰ ਗਿਆ ਹੋਇਆ ਆ, 3 ਟਰੈਕਟਰ ਹੈਗੇ ਤੇ 60 ਦੋਨੇ ਹੈਗੇ ਆ। ਆਹ ਖੜਾ 36-60 ਦੋਨੇ ਖੜੇ ਆ, 3 ਟਰੈਕਟਰ ਹੈ ਨਹੀਂ ਗੇ ਅਤੇ ਬਾਕੀ ਖੜੇ ਆ। ਅਤੇ ਚਲੋ ਅੱਜ ਜਿੰਨਾ ਕੁ ਕੰਮ ਸੀ ਕਰ ਲਿਆ ਪੂਰਾ, ਹੁਣ ਬਸ ਫਿਨਿਸ਼ ਕਰਦੇ ਆ ਵਲੋਗ ਇੱਥੇ ਜਿੱਦਾਂ ਦੀ ਵੀ ਇੱਥੇ ਲਾਈਟ ਆ। ਅਤੇ ਹੋਪਫੁਲੀ ਤੁਹਾਨੂੰ ਵਲੋਗ ਵਧੀਆ ਲੱਗਾ ਹੋਊਗਾ, ਜੇ ਵਧੀਆ ਲੱਗਾ ਇੱਥੇ ਵਲੋਗ ਤੁਹਾਨੂੰ ਹੋਰ ਚਾਹੀਦੇ ਆ ਅਤੇ ਸਬਸਕ੍ਰਾਈਬ ਕਰ ਲਿਓ। ਹੁਣ ਕੋਸ਼ਿਸ਼ ਆ ਕਿ ਆਪਾਂ ਡੇਲੀ ਵਲੋਗ ਦੇਈ ਜਾਈਏ ਅਤੇ ਜਿੱਦਾਂ ਵੀ ਹੋਊਗਾ ਮੋਡੀਫਿਕੇਸ਼ਨ ਆ, ਜਿੱਦਾਂ ਵੀ ਇਹਦਾ ਵੀ ਹਾਲੇ ਕਾਫੀ ਕੰਮ ਹਾਲੇ ਪਿਆ ਆ ਕਰਾਉਣ ਵਾਲਾ, ਸੋ ਜਿੱਦਾਂ ਵੀ ਹੋਊਗਾ ਤੁਹਾਨੂੰ ਅਪਡੇਟ ਕਰਾਂਗੇ ਨਾਲ ਦੀ ਨਾਲ। ਅਤੇ ਕੀ ਕਰਨਾ, ਸਬਸਕ੍ਰਾਈਬ ਕਰ ਲਓ। ਮਿਲਦੇ ਆ ਤੁਹਾਨੂੰ ਇੱਦਾਂ ਹੁਣ ਅਗਲੇ ਵਲੋਗ ਲਈ, ਟਿਲ ਦੈਨ ਬਾਬਾ ਬਾਬਾ ਬਾਬਾ।